अगली कबड्डी तुगलवाल का नौजवान जिथों का योगा सिंह योगी कमीशन तले गाँव जिन्हों दाव दम हो दुनिया ना पुछदी सरनामा हरजीत बराड़ जहे अगली कबड्डी भरसवाला नौजवान जाफियां के नौजवान दो हाथ करेगा नौजवान के नाम घूम दिया चार जाफिया की चेन यह नौजवान पुठी कैंची पाद तुगलवाल का नौजवान पुठी कैंची पाने कामयाब छुट्टन के लिए नौजवान लगातार जोर लगा टेंकू पट्टीवाल बाबा नामदेव स्पोर्ट्स क्लब घुमान के कोठरबान बाबा नामदेव स्पोर्ट्स क्लब घुमान के संचालक टेंकू पट्टीवाल जी अगली कबड्डी तुगलवाल का नौजवान प्याफिया के बच्चों केड़ा नौजवान रोकेगा लाइव टेलीकास्ट पंजाब लाइव मन डॉट कॉम के उत्ते अज हो रहा है जिथे मेरे प्रियो कनेडा के अमेरिका के ऑस्ट्रेलिया के इटली के बैठे हुए इस पिंड के नौजवान इस पिंड के गभरू अपने खेड मेले तक रहे हैं जिथे गुरमुख कनेडा खेड मेले के नाल जुड़िया बूटे का वीर नंबर रेडर के हिस्से के जुड़ गया है। अगली कबड्डी भेजा मारिया गभरू ने थापी कुछ ताकत होवे बाहां विच कुछ चर्बी होवे लत्तां विच तां थापी बजदी है पट्टां विच एवें ना चर्चा करा होंदी कबड्डी खेड के पंजाब दीआं सत्थां विच विरोधी नौजवान दे नाल टकराउंदा है इस भिड़दे हुए जोर नंबर रेडर के हिस्से दे विच जुड़ गया। अगली कबड्डी नौजवान तुगलवालिया रेड पाउंदा आंधी भेजा जिन्निया रेडा पाके वापस परतेगा उन्हें 100 रुपये का मान बूटे भरत बेट लिपर के वालों होगा। जिला तरन तारण झबाल तो आया हैंडीकैप नौजवान है क्योंकि इस इलाके इन्ने मेले करता है सानू इस गभरू का नाम दसन की लोड़ नहीं परमजीत पंजवर हैंडीकैप नौजवान इतने पहुंचे बाहों के जोर के नाल जिहड़ा गभरू डंड मारेगा हैंडीकैप नौजवान परमजीत पंजवर अपनी खेड कला का प्रदर्शन करता होया यही गेम करता है खेड मेलों के जा करके जो पैसे मिलते हैं परिवार गुजारा करता है। एक छोटी बच्ची ग्राउंड के चक्कर कटेगी एक छोटी बच्ची दौड़ लावेगी रंगबीर सिंह हंबोवाल जिला कपूरथला रणनीति को बापू आया है बोरी चकेगा बोरी दे बेच मिट्टी पाई है बोरी चकेगा हां जी 11 पॉइंट जेड़े है ਉਹ ਤੁਗਲਵਾਲ ਦੇ ਹੋਏ ਆ ਤੇ 14 ਅੰਕ ਜਿਹੜੇ ਆ ਉਹ ਭੱਜਦੇ ਹੋਏ ਆ ਡੀਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੋਂ ਸਾਡਾ ਵੀਰ ਵਾਰਸ ਵੀ ਇੱਥੇ ਆ ਗਿਆ ਹੈ। ਅਗਲੀ ਕਬੱਡੀ ਇਹ ਨੌਜਵਾਨ ਭੇਜਾ ਭੱਜਵਾਲਾ ਰੇਡ ਪਾਉਂਦਾ ਅਕੈਡਮੀ ਦੇ ਵਿੱਚ ਨੌਜਵਾਨ ਅਕੈਡਮੀ ਦੇ ਵਿੱਚੋਂ
ਪ੍ਰੋਫੈਸਰ ਗੋਪਾਲ ਸਿੰਘ ਦੇ ਕੋਲੋਂ ਕਬੱਡੀ ਦੇ ਦਾ ਪੇਚ ਸਿੱਖ ਦਾ ਡੀਏਵੀ ਅਕੈਡਮੀ ਜਲੰਧਰ ਦੇ ਵਿੱਚੋਂ ਤੁਗਲ ਵਾਲੀਆ ਨੌਜਵਾਨ ਭੇਜੂ ਨੂੰ 100 ਰੁਪਏ ਦਾ ਮਾਨ ਸਨਮਾਨ ਬਾਬਾ ਬਾਲਮ ਸਿੰਘ ਜੀ ਉਹਨਾਂ ਦੇ ਵੱਲੋਂ ਬਾਬਾ ਬਾਲਮ ਜੀ ਨੇ ਵੀ ਤਗੜੀ ਕਬੱਡੀ ਖੇਡੀ ਆ ਗੁਰੂ ਨਾਨਕ ਸਾਹਿਬ ਬਟਾਲੇ ਦੇ ਲਈ ਬਾਬਾ ਬਾਲਮ ਜੀ ਉਹਨਾਂ ਦੇ ਵੱਲੋਂ ਭੇਜੂ ਦਾ ਮਾਨ ਸਨਮਾਨ ਨੌਜਵਾਨ ਜੱਫਾ ਭਰ ਰਿਹਾ ਇਹ ਭਰਤ ਵਾਲਾ ਨੌਜਵਾਨ ਲੱਗਦਾ ਜੱਫਾ ਮਾਰ ਦਿਓ ਤਾੜੀ ਜਾਂ ਰਣਵੀਰ ਸਿੰਘ ਭੂਠਣੀ ਇਹਦੇ ਲਈ ਵੀ ਮਾਰ ਦਿਓ ਤਾੜੀ ਮਾਸਟਰ ਹਰਬੰਸ ਸਿੰਘ ਜੀ ਮੰਡਿਆਲਾ ਉਹ ਵੀ ਇੱਥੇ ਪਹੁੰਚਿਆ ਮਾਸਟਰ ਹਰਬੰਸ ਸਿੰਘ ਜੀ ਮੰਡਿਆਲਾ ਅਗਲੀ ਕਬੱਡੀ ਇਹ ਗਿੰਦਾ ਸੰਧਵਾ ਪਿੰਡ ਵਾਲਾ ਅਗਲੀ ਕਬੱਡੀ ਭਰਤ ਵਾਲਾ ਨੌਜਵਾਨ ਅਗਲੀ ਕਬੱਡੀ ਇਹ ਤੁਗਲਵਾਲ ਦੇ ਵੱਲੋਂ ਇਹ ਜੋਤਾ ਬੇਰੀ ਪਿੰਡ ਵਾਲਾ ਰੇਲ ਪਾਉਂਦਾ ਜਾਫੀਆਂ ਦੇ ਵਿੱਚੋਂ ਕਿਹੜਾ ਗੱਭਰੂ ਨੌਜਵਾਨ ਦੇ ਨਾਲ ਮੁਕਾਬਲਾ ਕਰੇਗਾ ਪੋਲੇ ਪੋਲੇ ਕਦਮ ਭਰਤ ਵਾਲਾ ਨੌਜਵਾਨ ਕਲਾਬ ਦੇ ਵਿੱਚ ਭਰਵਾ ਚਿੰਬੜ ਗਿਆ ਨੌਜਵਾਨ ਕਰ ਦਿੱਤਾ ਇਕੱਠਾ ਤਾੜੀ ਮਾਰ ਦਿਓ ਤਾੜੀ ਸਰਦਾਰ ਕਸ਼ਮੀਰ ਸਿੰਘ ਜੀ ਉਹਨਾਂ ਦੇ ਵੱਲੋਂ ਭੇਜੇ ਭਰਤ ਦਾ ਮਾਨ ਸਨਮਾਨ ਅਰਵਿੰਦਰ ਕੋਚਰ ਜੀ ਵੀ ਇੱਥੇ ਪਹੁੰਚ ਗਏ ਅੰਤਰਰਾਸ਼ਟਰੀ ਵੱਡੀ ਕਮੈਂਟੇਟਰ ਅਰਵਿੰਦਰ ਕੋਚਰ ਜੀ ਉਹ ਵੀ ਇੱਥੇ ਪਹੁੰਚ ਗਏ ਹੈ ਅਰਵਿੰਦਰ ਕੋਚਰ ਜੀ ਵੀ ਇੱਥੇ ਪਹੁੰਚੇ ਹੈ ਸੋ ਅਗਲੀ ਕਬੱਡੀ ਭੇਜਾ ਭਰਤ ਵਾਲਾ ਇਹ ਲੱਗਦਾ ਹੈ ਜੱਫਾ ਨੰਬਰ ਤੁਗਲਵਾਲ ਦੇ ਖਾਤੇ ਦੇ ਵਿੱਚ ਗੱਭਰੂ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਇਹ ਤੁਗਲਵਾਲੀਆ ਨੌਜਵਾਨ ਥਾਪੀ ਮਾਰਦਾ ਪੱਟਾਂ ਦੇ ਉੱਤੇ ਕਿਹੜਾ ਗੱਭਰੂ ਚਾਰਾਂ ਦੇ ਵਿੱਚੋਂ ਮੁਕਾਬਲਾ ਕਰੇਗਾ ਚਾਰ ਜਾਫੀਆਂ ਦੀ ਕਤਾਰ ਫਲਾਰੀਆਂ ਗੱਭਰੂ ਨੇ ਬਾਹਾਂ ਪੋਲੇ ਪੋਲੇ ਕਦਮ ਪੱਟਦਾ ਹੋਇਆ ਚਾਰ ਜਾਫੀਆਂ ਦੀ ਅਡਾਰ ਟੱਚ ਮਾਰਨ ਦੇ ਲਈ ਨੌਜਵਾਨ ਦੇ ਵੱਲੋਂ ਕੋਸ਼ਿਸ਼ ਮਾਰਿਆ ਟੱਚ ਨੰਬਰ ਤੁਗਲਵਾਲ ਦੇ ਹਿੱਸੇ ਦੇ ਵਿੱਚ ਗੱਭਰੂ ਨੇ ਜੋੜ ਦਿੱਤਾ ਅਗਲੀ ਕਬੱਡੀ ਇਹ ਨੌਜਵਾਨ ਭਰਤ ਪਿੰਡ ਦੇ ਵੱਲੋਂ ਕਿੰਦਾ ਸੰਧਵਾ ਵਾਲਾ ਰੇਡ ਪਾਉਂਦਾ ਕਿਹੜੇ ਗੱਭਰੂ ਦੇ ਨਾਲ ਮੁਕਾਬਲਾ ਹੋਵੇਗਾ ਹਲਕੇ ਹਲਕੇ ਕਦਮ ਨੌਜਵਾਨ ਵਧਾਉਂਦਾ ਨੌਜਵਾਨ ਖੁੱਜਾਂ ਦੇ ਵਿੱਚ ਵੜ ਗਿਆ ਇਹ ਤੁਗਲਵਾਲੀਆ ਨੌਜਵਾਨ ਹਿੱਕ ਨੂੰ ਖਿਲਾਰਦਾ ਪੱਟਿਆ ਗਿੱਟਾ ਛੁੱਟਣ ਦੇ ਵਿੱਚ ਸੰਧਵਾ ਵਾਲਾ ਕਿੰਦਾ ਕਾਮਯਾਬ ਨੰਬਰ ਭਰਤ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਇਹ ਤੁਗਲਵਾਲੀਆ ਨੌਜਵਾਨ ਕਿੱਥੇ ਵਿੱਚ ਹੈ ਜੋਰ ਦਾ ਮੁੱਲ ਬਾਲਾ ਕਿੱਥੇ ਵਿੱਚ ਹੈ ਫੁਰਤੀ ਲੈਣ ਸੁਣਦੀ ਜੱਫਾ ਲੱਗਦਾ ਅੱਖ ਦੀ ਤਾਣ ਲਾ ਕੇ ਜੋ ਕ੍ਰਿਕਟ ਦੀ ਗੇਂਦ ਹੈ ਕੈਚ ਹੁੰਦੀ ਹਜ਼ਾਰੇ ਵੀਰੇ ਜਦ ਗੱਭਰੂ ਛੂਟਦੇ ਨੇ ਵੇਖਣ ਵਾਲੀ ਹੈ ਉਹਨਾਂ ਦੀ ਡੈਸ਼ ਹੁੰਦੀ ਇੱਕ ਨੌਜਵਾਨ ਦੌੜ ਲਾਵੇਗਾ ਅਗਲੀ ਕਬੱਡੀ ਭੇਜਾ ਭਰਤ ਇੱਕ ਗੱਭਰੂ ਦੌੜ ਲਾਵੇਗਾ ਅਗਲੀ ਕਬੱਡੀ ਭੇਜਾ ਭਰਤ ਹਰੇਕ ਕਬੱਡੀ ਦਾ 600 ਰੁਪਇਆ ਮਾਨ ਸਨਮਾਨ ਬੂਟੇ ਭਰਤ ਵੇਟ ਲਿਫਟਰ ਦੇ ਵੱਲੋਂ ਗੁਰਮੁਖ ਸਿੰਘ ਕਨੇਡਾ ਦੇ ਪਰਿਵਾਰ ਦਾ ਨੌਜਵਾਨ ਤੇ ਬੂਟੇ ਭਰਤ ਦਾ ਭਤੀਜਾ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਹਰੇਕ ਕਬੱਡੀ ਦਾ 600 ਰੁਪਇਆ ਮਾਨ ਸਨਮਾਨ ਬੂਟੇ ਭਰਤ ਦੇ ਵੱਲੋਂ ਭੇਜਣਾ ਹੋ ਰਿਹਾ ਅਗਲੀ ਕਬੱਡੀ ਇਹ ਜੋਤਾ ਬੇਰੀ ਪਿੰਡ ਵਾਲਾ ਫਲਾਰੀਆਂ ਗੱਭਰੂ ਨੇ ਬਾਹਾਂ ਪਾਈ ਆ ਰੇਡ ਮਾਰਿਆ ਗੱਭਰੂ ਨੇ 2 ਨੰਬਰ ਤੇ ਟੱਚ ਤੇ ਨੰਬਰ ਤੁਗਲਵਾਲ ਦੇ ਹਿੱਸੇ ਦੇ ਵਿੱਚ ਜੁੜ ਗਿਆ ਜਿੱਥੇ ਸਰਦਾਰ ਜਗੀਰ ਸਿੰਘ ਜੀ ਕਨੇਡਾ ਜਿਨ੍ਹਾਂ ਦੇ ਵੱਲੋਂ ਅੱਜ ਦੇ ਖੇਡ ਮੇਲੇ ਦੇ ਵਿੱਚ 51,000 ਰੁਪਇਆ ਦੇ ਕਰਕੇ ਅੱਜ ਦੇ ਖੇਡ ਮੇਲੇ ਦੇ ਵਿੱਚ ਵਿਸ਼ੇਸ਼ ਯੋਗਦਾਨ ਜਗੀਰ ਸਿੰਘ ਜੀ ਕਨੇਡਾ ਉਹਨਾਂ ਦੇ ਵੱਲੋਂ 51,000 ਰੁਪਇਆ ਇੱਕ ਵਾਰ ਤਾੜੀ ਮਾਰ ਦਿਓ 51,000 ਜਗੀਰ ਸਿੰਘ ਜੀ ਕਨੇਡਾ ਉਹਨਾਂ ਦੇ ਵੱਲੋਂ ਅੱਜ ਦੇ ਖੇਡ ਮੇਲੇ ਦੇ ਲਈ ਮਾਨ ਯੋਗਦਾਨ ਅਗਲੀ ਰੇਡ ਇਹ ਨੌਜਵਾਨ ਤੁਗਲਵਾਲ ਯਾਰ ਨੌਜਵਾਨ ਰੇਡ ਪਾਉਂਦਾ ਜਗੀਰ ਸਿੰਘ ਜੀ ਕਨੇਡਾ ਪੰਜਾਬੀ ਮਾਂ ਬੋਲੀ ਦਾ ਮਾਨ ਸਨਮਾਨ ਕਰਦੇ ਹੈ ਸੋ ਨੰਬਰ ਤੁਗਲਵਾਲ ਦੇ ਹਿੱਸੇ ਦੇ ਵਿੱਚ ਜੁੜ ਗਿਆ ਹਾਂਜੀ 26,000 ਗੁਰਮੁਖ ਸਿੰਘ ਜੀ ਕਨੇਡਾ ਉਹਨਾਂ ਵੱਲੋਂ
एक टीम नूं प्राइज दिता जाना है गुरमुख सिंह जी कनेडा उन्होंने वालों 26,000 रुपया जो मान सम्मान है एक टीम के लिए प्राइज होगा भेजा भगवान गुरमुख सिंह कनेडा के परिवार का नौजवान नंबर रेडर के हिस्से के जुड़ गया अगलिया दोवें टीम पंचायती ओपन के लिए खेल मैदान के अंदर रिपोर्ट कर रहा अगली कबड्डी ये नौजवान तुगल वालिया रेस पाँद खुजा बढ़ गया मारी है गभरू ने प्रेस नंबर रेडर का हो गया अगली कबड्डी किंदा संधवा पिंड है गभरू का चुम के धरती मार दी गुठ नू गभरू मुंडे पान रेडा नाल जोर दे बल हंदिया नू शुभ शुभ के जान रेडा कोई पाउंदे नाले फुर्ती लाके जान तूफान रेडा जोड़ा वही बंदा पाउंदे विच मंदानी हान रेडा नंबर भारत की टीम के हिस्से दे विच जुड़ गया अगली कबड्डी ए जोता भारत ए जोता बेरी पिंड वाला सरपंच सकत्र सिंह जी गुरनाम सिंह जी सरपंच पथन सिंह जी फौजी हीरा सिंह जी जसविंदर सिंह जी पटवारी कश्मीर सिंह जी गुरमंगत सिंह जी हीरा सिंह जी सैकटरी उन्होंने वालों पंजाबी मां बोली का मान सम्मान तो अगली कबड्डी भेजा भरत पिंड वाला गभरू का लिशकदा होया शरीर कला कला मसल पिंडे दे उत्ते गीत गाउंदा है लिशकदा होया शरीर रीढ़ की हड्डी के उत्ते वाधू मास नजरी नहीं आउंदा ताड़ी मार दे गभरू दे लई ताड़ी मार दे एक भरत पिंड दा हुण बड़ा तूफान होवेगा गेंदी वांगू विदेशां दे विच गल्लां होणियां नौजवान दे विच निम्मत दा कुट कुट के भरी है भेजा पर्थ अगली कबड्डी एक तुगल वालिया नौजवान केड़ा नौजवान दो हथ करेगा गभरू दे नाल टच मारे टच मार के उठ जांदे यारो बन के रेडर परिंदे हुंदे मैच कबड्डी दे बह के वेखना मेरी जिंदे रविंदर कोठर जी भी इत्थे आए है सो रविंदर कोठर जी दे इत्थे पहुंचण ते उहनां नूं असीं जीआं आखांगे रविंदर कोठर जी इत्थे पहुंचे है उहनां दे इत्थे आउण ते समुची कमेटी दे वल्लों धन्नवाद अगली कबड्डी तुगल वालिया नौजवान खेड कबड्डी खेडण लई जद गभरू पिंड विच आउंदे सूरज होश नूं खो पैंदा जद नंगे पिंडे लिशकाउंदे मस्ती दे विच पाउंदे बोल भी नादरी तगमे गाउंदे मैदानी आके जी जोरां च जोर टकराउंदे अगली रेड ए नौजवान भरत दे वल्लों रेड पाउंदा ए भरत पिंड दे विच मीरी पीरी दा मालक गुरु हरगोबिंद साहिब महाराज मंदी छोड़ सतगुर ने चरण पाया है इत्थे मेरा वीरो माता थंती दे पुत्र बाबा कालू जी ते बाबा मेलू जी ने जन्म लिया ए रियाड़की दा पहला नगर माझे दे विच भरत पिंड बसया है इत्थे हाथां दे विच नाम अगली वेद ए जोता बेरी पिंड वाला जद तक कबड्डी ओ लोको इस जग विच खेडी जावेगी ए जंगी बेरी वाले दिया सदा ही बातां पावेगी ओ हथ थरेडां पाउंदा सी तां लम्मी करके आउंदा सी ए सूरत नगरी आवेगी माखे जद तक कबड्डी वल्लों इस जग विच खेडी जावेगी ओ साध सी बंदा बोली तों कौडी दा महा खिडारी सी महाबली जैसे जोर नू जी मन दी दुनिया सारी सी बन गया सी जमा धनंतर जो सी पप्पा तो डंतर जो याद जैसी फेरियां पावेगी माखे जब तक कबड्डी वालों पर जग में खेली जाएगी चंगी बेली मुखाता रिपोर्ट पेश करेंगे हां जी गोपी पत्नों के चाचा जी मनजीत सिंह खान बड़े के वालों 200 रुपया मान आया गोपी भरत अपना मान सम्मान लै जाए चल दे मैच दे विच जिहड़े टीम दे स्कोर होए है 27 अंक जिहड़े भरत दे होए है ते तुगल वाल दे जिहड़े अंक है 19 होए है असीं रविंदर कोठर जी नूं वी बेनती करांगे कि ओह माइक दे उत्ते आ जाण ਛੋਟਾ ਵੇਟ ਲਿਫਟਰ ਗਰਾਊਂਡ ਦੇ ਵਿੱਚ ਪਾਵਾਂ ਦੇ ਭਾਰ ਵੇਟ ਤੋਲੇਗਾ ਬੂਟਾ ਵੇਟ ਲਿਫਟਰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਲੈ ਲਈ ਹੈ ਬੂਟਾ ਵੇਟ ਲਿਫਟਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵੱਲੋਂ ਨਵਾਂ ਸਮਾਂ ਇਸ ਨੌਜਵਾਨ ਨੇ ਗੇਮ ਕੀਤੀ ਹੈ ਅਗਲੇ ਮੈਚ ਦੇ ਲਈ ਜਿਹੜੇ ਆਫੀਸਰ ਸਮਾਨ ਹੋਣਗੇ ਢਾਲਾ ਔਲਖ ਪੱਲੂ ਔਲਖ ਤੇ ਧੀਰਾ ਔਲਖ ਜੀ
परमजीत पंजवर ने गेम की हैंडीकैप नौजवान है कहना कि बी ए तक की पढ़ाई की पर पंजाब गवर्नमेंट ने इस नौजवान की पढ़ाई का मुल नहीं पाया सर्टिफिकेट जो वगैरह है सारे ये को इस गभरू ने बी ए तक की पढ़ाई की इस गभरू का किसी गवर्नमेंट ने मुल नहीं पाया इतने गेम के सिर से परिवार गुजारा कर रहा है इस नौजवान वीर का सारे वो तो वह मान सम्मान कर एक बार ताड़ी मार दे नौजवान के नाम की सो पंचायती ओपन के लिए भारत वर्ष संधवा टीम जल्दी तो जल्दी खेल मैदान के अंदर सपोर्ट कर जान भारत वर्ष संधवा हां जी एक छोटी बच्ची दंदा दे नाल मोटरसाइकिल खिंचेगी एक छोटी बच्ची दंदा दे नाल मोटरसाइकिल खिंचेगी सो संधवा वर्ष च भारत पंचायती ओपन दियां टीमां खेड मैदान के अंदर जल्दी तो जल्दी रिपोर्ट कर जान संधवा वर्ष च भारत एक छोटा बच्चा ग्राउंड के पासे दौड़ेगा तो दूसरा छोटा बच्चा भी ग्राउंड के चारे पासे दौड़ लगाएगा दो मिनट दोवें टीमों दिते जाते हैं दो मिनट के टीम ग्राउंड के अंदर आ जा संधवा से भरत दो मिनट के टीम ग्राउंड के अंदर रिपोर्ट कर जान संधवा भरत सो बूटे वेट लिफ्टर को भी बेनती है कि अपनी गेम ग्राउंड के अंदर आ करके शुरू कर रहे बूटा वेट लिफ्टर इस पिंड का माण है भरत पिंड वाला बूटा सो संधवा के भरत जल्दी तो जल्दी टीम खेड मैदान के रिपोर्ट कर जान हां जी जिहड़ा पहला शो मैच होना है नानकपुर कबड्डी क्लब कातियां गुरदासपुर गिरनी भगत की टीम ते दूसरे पासे बाबा नामदेव स्पोर्ट क्लब कमान एक टीम अपनी तैयारी कर रहे अरविंदर कोछर जी अंतरराष्ट्रीय कबड्डी कमेंटेटर अरविंदर कोछर जी वर्ल्ड कप के दुनिया के जिथे जिथे कबड्डी होंगी अरविंदर कोछर जी दी गल्लां होंदियां है अरविंदर कोछर जी इत्थे आए है तो उन्होंने जी आखेंगे समुची प्रबंधक कमेटी के वालों दास के वालों अरविंदर कोछर जी ने जी आया फिर आ नहीं विखाई जानी स्टेज है ना होर दस मिनट चक्या जाना सूरज फैन देने बरीथी स्टेज नहीं विखाई जानी ਭਾਈ ਜਗਿੰਦਰ ਸਿੰਘ ਜੀ ਰਿਆੜ ਪੰਥ ਦੇ ਮਹਾਨ ਰਾਗੀ ਜ਼ਬਾਨ ਭਾਈ ਜਗਿੰਦਰ ਸਿੰਘ ਜੀ ਰਿਆੜ ਆਪਣੀ ਜਨਮ ਭੂਮੀ ਪਿੰਡ ਭਗਤ ਦੇ ਵਿੱਚ ਪਹੁੰਚੇ ਹੈ ਤੇ ਉਹਨਾਂ ਦੇ ਇੱਥੇ ਪਹੁੰਚਣ ਤੇ ਉਹਨਾਂ ਨੂੰ ਜੀਆਂ ਆਖਾਂਗੇ ਗਿਆਨੀ ਜਗਿੰਦਰ ਸਿੰਘ ਜੀ ਪਰਸ ਅੱਜ ਜਗ੍ਹਾ ਛਡਾਓ ਨਾ ਪਹਿਲਾਂ ਹਾਂਜੀ ਜਗਿੰਦਰ ਸਿੰਘ ਜੀ ਰਿਆੜ ਵੀ ਕਬੱਡੀ ਦੇ ਦਵਾਨੇ ਹੋ ਗਏ ਆ ਕਹਿੰਦੇ ਆ ਕਿ ਜਿਹੜਾ ਵੱਡਾ ਰੇਡਰ ਹੋਵੇਗਾ ਉਹਦੀ ਰੇਡ ਦੇ ਉੱਤੇ ਪੈਸੇ ਲਾ ਜਾਣਗੇ ਜਗਿੰਦਰ ਸਿੰਘ ਜੀ ਰਿਆੜ
ਭਰਤ ਵਾਲੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਇੱਕ ਵਾਰ ਚੜ੍ਹਦੀ ਕਲਾ ਦਾ ਜਿਕਾਰਾ ਭਲੇ ਸੋਨੇ ਹਾਲ ਫਿਰ ਟੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਉਹਨਾਂ ਦੇ ਵੱਲੋਂ ਅੱਜ ਦੇ ਖੇਡ ਮੇਲੇ ਦੀ ਕਵਰੇਜ ਹੋ ਰਹੀ ਹੈ ਜਿਹੜਾ 27 ਅਕਤੂਬਰ ਨੂੰ 9:45 ਦੇ ਉੱਤੇ ਟੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਦੇ ਉੱਤੇ ਇਸ ਮੇਲੇ ਦਾ ਟੈਲੀਕਾਸਟ ਕੀਤਾ ਜਾਵੇਗਾ। ਜਿੰਦਰ ਭਾਰਤ ਜੀ ਆਪਣੀ ਸਮੁੱਚੀ ਟੀਮ ਦੇ ਨਾਲ ਆਏ ਹੈ। ਦਾਲਾ ਔਲਖ ਤੇ ਬੱਲੂ ਔਲਖ ਜੀ ਉਹ ਮੈਚ ਦੇ ਅਫੀਸਰ ਸਨਮਾਨ ਹੋਣਗੇ। ਸੰਧਵਾਂ ਤੇ ਭਰਤ ਦੇ ਵਿਚਾਲੇ ਮੈਚ ਹੋਵੇਗਾ। ਇੱਕ ਬੱਚਾ ਦੰਦਾਂ ਦੇ ਨਾਲ ਤਿੰਨ ਜਾਣੇ ਚਾਰ ਜਾਣੇ ਉੱਤੇ ਬਿਠਾਲ ਕੇ ਮੋਟਰਸਾਈਕਲ ਖਿੱਚਦਾ ਹੋਇਆ ਪੰਜਾਂ ਛਿਆਂ ਵਿਅਕਤੀਆਂ ਜੋਗਾ ਦੇ ਅਗਲੇ ਦਾ ਭਾਰ ਹੈ ਸੋ ਖਿੱਚਦਾ ਹੋਇਆ ਦੰਦਾਂ ਦੇ ਨਾਲ ਮੋਟਰਸਾਈਕਲ। ਇਸ ਵੀਰ ਦੇ ਲਈ ਤਾੜੀ ਮਾਰ ਦਿਓ ਸਾਰੇ ਵੱਧ ਤੋਂ ਵੱਧ ਇਸ ਨੌਜਵਾਨ ਦਾ ਮਾਣ ਸਨਮਾਨ ਕਰਨਗੇ। ਨਾਨਕ ਸਰ ਕਬੱਡੀ ਕਲੱਬ ਕਾਦੀਆਂ ਗੁਰਦਾਸਪੁਰ ਗੇਂਦੀ ਪਰਥ ਦੇ ਬਾਬਾ ਨਾਮਦੇਵ ਸਪੋਰਟਸ ਕਲੱਬ ਕਮਾਨ ਰਿੰਕੂ ਪੱਟੀਵਾਲ ਟੀਮਾਂ ਦੇ ਸੰਚਾਲਕ ਜਿੱਥੇ ਸਾਡੀ ਆਵਾਜ਼ ਨੂੰ ਸੁਣਦੇ ਹੈ ਟੀਮਾਂ ਨੂੰ ਪਿਆਰ ਦਾ ਪਿਆਰ ਕਰਕੇ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰਨ। ਨਾਨਕ ਸਰ ਕਬੱਡੀ ਕਲੱਬ ਕਾਦੀਆਂ ਗੁਰਦਾਸਪੁਰ ਪਰਥ ਚ ਬਾਬਾ ਨਾਮਦੇਵ ਸਪੋਰਟ ਕਲੱਬ ਕਮਾਨ ਜਿੱਥੇ ਪੰਜਾਬ ਲਾਈਵ .com ਦਾ ਧੰਨਵਾਦ। ਅੱਜ ਦੇ ਮੇਲੇ ਦਾ ਲਾਈਵ ਟੈਲੀਕਾਸਟ ਇੰਟਰਨੈਟ ਦੇ ਉੱਤੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇਟਲੀ ਦੇ ਵਿੱਚ, ਹੋਰ ਜਿੰਨੇ ਵੀ ਦੇਸ਼ ਇਸ ਪਿੰਡ ਦੇ ਸੱਜਣ ਜਿੰਨੇ ਵੀ ਦੇਸ਼ਾਂ ਦੇ ਵਿੱਚ ਗਏ ਹੈ ਆਪਣੇ ਖੇਡ ਮੇਲੇ ਦੇ ਨਾਲ ਇੰਟਰਨੈਟ ਦੇ ਜ਼ਰੀਏ ਜੁੜੇ ਹੈ ਸੋ ਅੱਜ ਦੇ ਖੇਡ ਮੇਲੇ ਦਾ ਸਿੱਧਾ ਲਾਈਵ ਟੈਲੀਕਾਸਟ ਪੰਜਾਬ ਲਾਈਵ .com ਦੇ ਉੱਤੇ ਹੋ ਰਿਹਾ ਜਿੱਥੇ ਕੋਚ ਬਿਕਰਮਜੀਤ ਸਿੰਘ ਵਿੱਕੀ ਪਟਾਲਾ ਗ੍ਰੰਥੀਆਂ ਵਾਲੇ ਜਿਨ੍ਹਾਂ ਦੀ ਟੀਮ ਪੰਜਾਬ ਕਲੱਬ ਐਸੋਸੀਏਸ਼ਨ ਦੇ ਵਿੱਚ ਐਂਟਰ ਹੋ ਗਈ ਹੈ ਉਹ ਵੀ ਇੱਥੇ ਆਏ ਹੈ। ਇੱਕ ਬੱਚੀ ਦੰਦਾਂ ਦੇ ਨਾਲ ਮੋਟਰਸਾਈਕਲ ਖਿੱਚੇਗੀ। ਹਾਂਜੀ, ਇੱਕ ਬੱਚੀ ਦੰਦਾਂ ਦੇ ਨਾਲ ਮੋਟਰਸਾਈਕਲ ਖਿੱਚ ਰਹੀ ਹੈ ਕਲੀ। ਇੱਕ ਵਾਰ ਕਲੀ ਪਾ ਦਿਓ, ਸੇਵਾਦਾਰਾਂ ਨੂੰ ਬੇਨਤੀ ਹੈ ਇੱਕ ਵਾਰ ਗਰਾਊਂਡ ਦੇ ਚਾਰੇ ਪਾਸੇ ਕਲੀ ਪਾ ਦਿਓ। ਹਾਂਜੀ, ਗਰਾਊਂਡ ਦੇ ਚਾਰੇ ਪਾਸੇ ਕਲੀ ਪਾ ਦਿਓ। ਜਿੰਨੇ ਵੀ ਦਰਸ਼ਕ ਇੱਥੇ ਆਏ ਹੈ ਇੱਕੋ ਹੀ ਇਤਰਾਜ਼ ਆਉਂਦਾ ਕਿ ਗਰਾਊਂਡ ਦੇ ਵਿੱਚ ਵਾਧੂ ਵਿਅਕਤੀ ਖੜੇ ਹੈ। ਵਾਧੂ ਵਿਅਕਤੀ ਜਿਹੜੇ ਗਰਾਊਂਡ ਦੇ ਵਿੱਚ ਖੜੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਗਰਾਊਂਡ ਤੋਂ ਬਾਹਰ ਹੋ ਜਾਣ। ਜਿਹੜੇ ਵਾਧੂ ਵਿਅਕਤੀ ਗਰਾਊਂਡ ਦੇ ਵਿੱਚ ਖੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਗਰਾਊਂਡ ਚੋਂ ਬਾਹਰ ਹੋ ਜਾਣ, ਫਿਰ ਮੈਚ ਸ਼ੁਰੂ ਕੀਤਾ ਜਾਵੇਗਾ। ਵਾਧੂ ਵਿਅਕਤੀ ਗਰਾਊਂਡ ਤੋਂ ਬਾਹਰ ਹੋ ਜਾਣ। ਅੱਜ ਦੇ ਖੇਡ ਮੇਲੇ ਦੀ ਕਵਰੇਜ ਜਿਹੜੀ ਹੈ ਪੰਜਾਬ ਲਾਈਵ .com ਪੰਜਾਬ ਲਾਈਵ .com ਦੇ ਉੱਤੇ ਹੋ ਰਹੀ ਹੈ। ਇੰਟਰਨੈਟ ਦੇ ਜ਼ਰੀਏ ਵਿਦੇਸ਼ਾਂ ਦੇ ਵਿੱਚ ਬੈਠੇ ਵੀਰ, ਹਾਂਜੀ, ਇੰਟਰਨੈਟ ਦੇ ਜ਼ਰੀਏ ਪੰਜਾਬ ਲਾਈਵ .com ਦੇ ਉੱਤੇ ਅੱਜ ਦੇ ਖੇਡ ਮੇਲੇ ਦੀ ਕਵਰੇਜ ਹੋ ਰਹੀ ਹੈ। ਵਿਦੇਸ਼ਾਂ ਦੇ ਵਿੱਚ ਬੈਠੇ ਵੀਰ ਖੇਡ ਮੇਲੇ ਦੇ ਨਾਲ ਜੁੜੇ ਹੈ। ਹਾਂਜੀ, ਕਲੀ ਵਾਲੇ ਸੇਵਾਦਾਰ ਕਲੀ ਪਾ ਦਿਓ। ਕਲੀ ਵਾਲੇ ਸੇਵਾਦਾਰ ਇੱਕ ਵਾਰ ਕਲੀ ਦਾ ਛਿੜਕਾਅ ਕਰ ਦਿਓ, ਕਲੀ ਪਾ ਦਿਓ ਕਲੀ ਵਾਲੇ ਸੇਵਾਦਾਰ। ਸੋ ਜੇ ਸੁਬੀਰ ਨੇ ਗਰਾਊਂਡ ਦੇ ਵਿੱਚ ਮੋਟਰਸਾਈਕਲ ਲਿਆਉਂਦਾ ਉਹਨੂੰ ਬੇਨਤੀ ਹੈ ਗਰਾਊਂਡ ਚੋਂ ਬਾਹਰ ਕਰ ਲਏ, ਮੋਟਰਸਾਈਕਲ ਗਰਾਊਂਡ ਚੋਂ ਬਾਹਰ ਕਰ ਲਓ। ਸਟੇਜ ਵਾਲੀ ਸਾਈਡ ਮੋਟਰਸਾਈਕਲ ਗਰਾਊਂਡ ਦੇ ਅੰਦਰ ਖੜਿਆ ਹੈ ਮੋਟਰਸਾਈਕਲ ਜੇ ਸੁਬੀਰ ਦਾ, ਉਸ ਵੀਰ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚੋਂ ਬਾਹਰ ਕਰ ਲਏ। ਜਿਹੜਾ ਮੈਚ ਹੋਣ ਜਾ ਰਿਹਾ ਹੈ ਇੱਕ ਪਾਸੇ ਭਰਤ ਪਿੰਡ ਦੇ ਨੌਜਵਾਨ ਤੇ ਦੂਸਰੇ ਬੰਨੇ ਸੰਧਵਾਂ ਵਾਲੇ ਨੌਜਵਾਨ, ਕਿਹੜਾ ਨੌਜਵਾਨ ਕਿਹੜੇ ਪਾਸੇ ਰੇਡ ਪਾਵੇਗਾ।
बाबा नामदेव स्पोर्ट्स क्लब कमांड सरपंच रिंकू पट्टीवाल नूं बेनती है, सरपंच रिंकू पट्टीवाल नूं बेनती है कि टीम ग्राउंड दे विच लैकर के पहुंच जाए। उत्थे बाबा नानसर स्पोर्ट क्लब कादिया गुरदासपुर जिथे गेंदी भरत वाला साडी आवाज नूं सुणदा इस पिंड दा माण है। गेंदी भरत जिथे साडी आवाज नूं सुणदा है ग्राउंड दे अंदर जल्दी तो जल्दी रिपोर्ट कर जाए। टीम नूं नाल लै करके एक बच्ची दंदा दे नाल मोटरसाइकिल खिंच रही है। सो स्टेज वाले पासे भारतीय टीम दे नौजवान खड़ गए हैं ते दूसरे बन्ने संधवा पिंड दे नौजवान बाबा काला मैर स्पोर्ट क्लब संधवा दे लई टीम खेडेगी पहली रेड। केड़े पासे दा नौजवान किधरले पासिया के नौजवानों से पावेगा। सो दोनों बंदियों के पाड़े मल के खड़ गए नौजवान पहली रेड पाउण दे लई। बाबा काला मैर स्पोर्ट क्लब संधवा का नौजवान तैयार दर तैयार। 2012 के विच गभरू पाकिस्तान के प्यामा इकबाल खेड स्टेडियम के विच फैसलाबाद सूबे के विच खेडिया। इस गभरू का बटाले के कोल बलपुरिया पिंड है। यह लड्डा बलपुरिया वाला सिख माझा केसाधारी कबड्डी क्लब जलंधर के लिए पंजाब के कपां के विच खेलदा मनजीत काकू की टीम के लिए ते नंबर रेडर के हिस्से के विच जुड़ गया है। अगली कबड्डी यह नौजवान मेंटू पोपा राय इसे इलाके का नौजवान है। ऊदन माल तो अगे पोपा राय पिंड है श्री हरगोबिंदपुर तो बटाले रोड के उत्ते नंबर भरत की टीम के हिस्से के गभरू ने छोड़ दिता है। अगली कबड्डी यह चौड़िया का बलजीत धरती मां नूं प्रणाम करता है। यह चौड़िया वाला बलजीत चौड़े पिंड है गभरू का जिथों का मल कबड्डी का महान खिलाड़ी होया है जिथों का राजू अज के समय का तगड़ा खिलाड़ी है जिथों का किंदा उथों का बलजीत चाबियां की कतार के ਕਿਹੜਾ ਗੱਭਰੂ ਕੋਸ਼ਿਸ਼ ਕਰੇਗਾ। ਇਹ ਨੌਜਵਾਨ ਮੰਨਾ ਭਾਂਬਾਲਾ ਦੇ ਦਾਲੇ ਦੀ ਵਿਫਲ ਦਾ ਇਸ਼ਾਰਾ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ। ਅਗਲੀ ਕਬੱਡੀ ਇਹ ਮਿੱਠੂ ਭਰਤ ਵਾਲਾ ਮਲੇਸ਼ੀਆ ਦੀ ਕੋਲਾਲੰਪੁਰ ਸਿਟੀ ਦੇ ਕਾਂਪੂ ਪੰਡਨ ਮੈਦਾਨ ਦੇ ਵਿੱਚ ਇਸ ਗੱਭਰੂ ਨੇ 2012 ਦੇ ਵਿੱਚ ਰੇਡਾਂ ਪਾਈਆਂ। ਸਿੱਖ ਮਾਝਾ ਕੇਸਾਧਾਰੀ ਕਬੱਡੀ ਕਲੱਬ ਜਲੰਧਰ ਦੇ ਲਈ ਵੀ ਲੰਮਾ ਸਮਾਂ ਖੇਡਿਆ ਤੇ ਹੁਣ ਪ੍ਰੋਫੈਸਰ ਗੋਪਾਲ ਸਿੰਘ DAV ਕਬੱਡੀ ਕਲੱਬ ਜਲੰਧਰ ਦੇ ਲਈ ਖੇਡਦਾ ਹੈ। ਦੂਏ ਪਾਸੇ ਸੰਧਵਾ ਵਾਲਾ ਸੋਨਾ ਭਰੀ ਹੋਈ ਪਗਲ ਖੰਧਿਆਂ ਵੱਲ ਨੂੰ ਖਿੱਚਦਾ ਹੋਇਆ ਨੌਜਵਾਨ ਪਗਲ ਭਰ ਕੇ ਸਟਾਪ ਕਰਨ ਦਾ ਯਤਨ ਖੰਧੇ ਕੋਲ ਖਿੱਚ ਕੇ ਲਿਜਾਂਦਾ ਨੌਜਵਾਨ ਮਾਰ ਦਿੰਦਾ ਪਾੜੇ ਨੂੰ ਹੱਥ ਤਾੜੀ ਮਾਰ ਦਿਓ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ। अगली कबड्डी अम्मा संधवा वाला अम्मा इंटरनेट के उत्ते लाइव टेलीकास्ट पंजाब लाइव .com के वालों हो रहा कनेडा के विदेशों के इंग्लैंड के अमेरिका के आस्ट्रेलिया के इटली के फ्रांस में जर्मन में यूरोप के बैठे हुए पंजाबी इस पिंड के नौजवान अज के खेड मेले में तक रहे हैं। फिर कुलदीप शिकार माझिया पिंड गभरू का जफा भरया भरी हुई पगल पहलवानी का लगते ने भर पगलों खुट न पट्टी का धौला तफे थैके जी बिच जगदे ना है खट्टी का बिच जगदे ना है खट्टी का। अगली कबड्डी ये नौजवान जगा उतो नंगैया जता जगा रेड़ पाउण दे लई तैयार बा तैयार। तड़ना उठना पैंदा तड़के यारो छड सुस्ती का संग बनाउणा पैंदा शरीर नूं लोहा ਵਿੱਚੋਂ ਪੱਥਾਂ ਦੇ ਲੰਘ ਔਖੀਆਂ ਬੜੀਆਂ ਮੰਜ਼ਲਾਂ ਨੇ ਖਾਕ ਮਿੱਟੀ ਨੂੰ ਚੱਟੀ ਦਾ ਧੌੜਾ ਤਫੇ ਥੈਕੇ ਜੀ ਵਿੱਚ ਜਗਦੇ ਨਾ ਹੈ ਖੱਟੀ ਦਾ ਧੌੜਾ ਤਫੇ ਥੈਕੇ ਜੀ ਵਿੱਚ ਜਗਦੇ ਨਾ ਹੈ ਖੱਟੀ ਦਾ। ਅਗਲੀ ਕਬੱਡੀ ਲੱਡਾ ਪੱਲ ਕੁੜੀਆਂ ਵਾਲਾ ਲੱਡਾ ਚਾਹੀ ਦੀ ਤਾਕਤ ਹਾਥੀ ਵਰਗੀ ਤੇਜੀ ਚਾਹੀ ਦੀ ਹਿਰਨ ਸਮਾਨ ਦਿਲ ਨੂੰ ਕਰਕੇ ਅੰਬਰੋਂ ਵੱਡਾ ਪੱਪਾਂ ਨੇ ਨਾਲ ਬੰਨ ਤੂਫਾਨ ਰੱਖ ਨਿਮਰਤਾ ਸਾਧਾਂ ਵਰਗੀ
ਤਾਂ ਪਹਾੜ ਦੇ ਹਿੱਤ ਨੂੰ ਤਾਂ ਫਿਰ ਕਬੱਡੀ ਵੀਰੇ ਖਿਡਾਰੀਆਂ ਖੇਡੀ ਜਾਂਦੀ ਆਪ ਦਾਂਦੇ ਸਾਡੀ ਸ਼ਿਕਾਰ ਮੱਛੀਆਂ ਬੜਾ ਤਾੜੀਆਂ ਮਾਰਦੇ ਕਰਦੇ ਤਾੜੀ ਨੰਬਰ ਪੱਖ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਇਹ ਮਿੱਠੂ ਅਗਲੀ ਕਬੱਡੀ ਰਵੀ ਭਾਮ ਵਾਲਾ ਪਾਰੇ ਦੇ ਉੱਤੇ ਖੜ ਕੇ ਨੌਜਵਾਨ ਸੂਰਜ ਦੇਵ ਨੂੰ ਸਿੱਜਦਾ ਕਰਦਾ ਬਣਨਾ ਖਿਡਾਰੀ ਕਿਹੜਾ ਜੱਗ ਵਿੱਚ ਕੰਮ ਸੌਖਾ ਬਣਦਾ ਹੈ ਇਹੀ ਜਿਹਦੇ ਦਿਲ ਚ ਭਚਾਲ ਹੋਵੇ ਧਰਦਾ ਹੈ ਪੈਰਿਆਂ ਤੇ ਉਹੀ ਅਮਦਾਨ ਵਿੱਚ ਤਖਤ ਸਰੀਰ ਵਿੱਚ ਜਿਹਦੇ ਬੇਮਿਸਾਲ ਹੋਵੇ ਇਹ ਰਵੀ ਭਾਮ ਡਬਲ ਟੱਚ ਬੱਲੀ ਅਲ ਬੱਲੂ ਅਲ ਦਾ ਇਸ਼ਾਰਾ ਨੰਬਰ ਰੈਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਇਹ ਨੌਜਵਾਨ ਬਲਜੀਤ ਚੌੜੇ ਪਿੰਡ ਹੈ ਗੱਭਰੂ ਦਾ ਰੇਡ ਪਾਉਂਦਾ ਇਹ ਬਲਜੀਤ ਉੱਠੋ ਮਰਦ ਦਲੇਰੋ ਬਣ ਬੱਬਰ ਗੁੰਜੋ ਸ਼ੇਰੋ ਮਾਂ ਕੌਡੀ ਦਿਓ ਪਲੇਰੋ ਤੁਰੋ ਮੰਜ਼ਲਾਂ ਵੱਲ ਦੇ ਨਾਵਾਂ ਨੂੰ ਤਾਂ ਦੁਨੀਆ ਜਪੇਗੀ ਸਾਰੇ ਜੱਗ ਚ ਤੁਹਾਡਿਆਂ ਨਾਵਾਂ ਨੂੰ ਤਾਂ ਦੁਨੀਆ ਜਪੇਗੀ ਕਿਉਂਕਿ ਕਬੱਡੀ ਖੇਡਣ ਵਾਲੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਸਥਾਨ ਬਣਾ ਜਾਂਦੇ ਹੈ ਇਹ ਜੱਫਾ ਬੱਬੇ ਸਾਹਿਬ ਭਾਮ ਵਾਲਾ ਨੰਬਰ ਕਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਇਹ ਮਣੀ ਕੋਟ ਟੋਟਰ ਮਲ ਗੱਭਰੂ ਦਾ ਪਿੰਡ ਹੈ ਇਤਿਹਾਸ ਦੇ ਵਿੱਚ ਇਸ ਪਿੰਡ ਦਾ ਨਾਮ ਆਉਂਦਾ ਜਿੱਥੋਂ ਦਾ ਦਮਾਨ ਚੰਦ ਕੋਟ ਟੋਟਰ ਮਲ ਦਾ ਹੋਇਆ ਜਿੱਥੋਂ ਦਾ ਦਮਾਨ ਚੰਦ ਹੋਇਆ ਜਿਹਦਾ ਸਿੱਖ ਇਤਿਹਾਸ ਦੇ ਵਿੱਚ ਨਾਮ ਮਿਲਦਾ ਹੈ ਫਤਿਹਗੜ੍ਹ ਸਰਕੰਦ ਦੀ ਧਰਤੀ ਦੇ ਉੱਤੇ ਚਲੇ ਜਾਈਏ ਮੇਰੇ ਵੀਰੋ ਦਮਾਨ ਚੰਦ ਮਾਰਗ ਬਣਿਆ ਕੋਟ ਟੋਟਰ ਮਲ ਦੇ ਨਾਮ ਦੇ ਉੱਤੇ ਕਿਉਂਕਿ ਉਸ ਸਮੇਂ ਗਾਉਂ ਦੇ ਉੱਤੇ ਭਾਰੀ ਮੁਸੀਬਤ ਬਣ ਗਈ ਸੀ ਇਸ ਵੇਲੇ ਦਮਾਨ ਚੰਦ ਨੇ ਆਪਣਾ ਸਾਰਾ ਦਰਬਾਰ ਆਪਣੀ ਜ਼ਮੀਨ ਜਾਇਦਾਦ ਵੇਚ ਕਰਕੇ ਮੋਹਰਾਂ ਨੂੰ ਖੜੀਆਂ ਕਰਕੇ ਸਥਾਨ ਖਰੀਦਿਆ ਕੈਨੇਡਾ ਦੇ ਵਿੱਚ ਇੱਕ ਕਾਨਫਰੰਸ ਹੋਈ ਉੱਥੇ ਪੁੱਛਿਆ ਕਿ ਦੁਨੀਆ ਦੀ ਕਿਹੜੀ ਜ਼ਮੀਨ ਹੈ ਜਿਹੜੀ ਸਭ ਨਾਲੋਂ ਮਹਿੰਗੀ ਵਿਕੀ ਹੈ ਤੇ ਉੱਥੇ ਕਿਸੇ ਸਿੱਖ ਨੇ ਜਵਾਬ ਦਿੱਤਾ ਕਿ ਜਿੱਥੇ ਮਾਤਾ ਗੁਜਰੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸੰਸਕਾਰ ਹੋਇਆ ਉਸ ਜ਼ਮੀਨ ਦਾ ਦੁਨੀਆ ਦੇ ਉੱਤੇ ਸਭ ਨਾਲੋਂ ਵੱਧ ਨਾਮ ਪਿਆ ਸਭ ਨਾਲੋਂ ਵੱਧ ਉਸ ਜ਼ਮੀਨ ਦਾ ਮੁੱਲ ਪਿਆ ਜੋ ਦਮਾਨ ਚੰਦ ਦਾ ਨਾਮ ਅਗਲੀ ਕਬੱਡੀ ਮੈਂਟੂ ਪੋਪਾ ਰਾਏ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਬੱਲੂ ਔਲਕ ਸੁਰ ਦੇ ਵਿੱਚ ਵਿਸਲ ਅਗਲੀ ਕਬੱਡੀ ਲੱਡਾ ਭਾਮ ਪਿੰਡ ਵਾਲਾ ਇਹ ਲੱਡਾ ਫਲਪੁਰੀਆਂ ਪਿੰਡ ਵਾਲਾ ਤਿਆਰ ਬਰ ਤਿਆਰ ਇਹ ਲੱਡਾ ਫਲਪੁਰੀਆਂ ਵਾਲਾ ਸੂਰਜ ਦੇਵ ਸਿੱਜਦਾ ਕਰਦਾ ਹੈ ਨੰਗੇ ਪਿੰਡ ਦੇ ਵਿੱਚ ਨੌਜਵਾਨ ਦੇ ਕਬੱਡੀ ਦਿਖਦੀ ਹੈ ਇਹ ਦੂਏ ਪਾਸੇ ਨੌਜਵਾਨ ਮੰਨਾ ਭਾਮ ਵਾਲਾ ਸ਼੍ਰੋਮਣੀ ਕਮੇਟੀ ਦਾ ਖਿਡਾਰੀ ਹੈ ਥਾਪਤ ਸੂਰਤ ਤੇ ਥਾਪਤ ਸੂਰਤ ਦੋਹੇ ਪਾਸੇ ਭਿੜਦੇ ਹੈ ਇਹ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਇਹ ਮਿੱਠੂ ਭਰਥ ਪਿੰਡ ਵਾਲਾ ਮਿੱਠੂ ਅਗਲੀ ਕਬੱਡੀ ਮਿੱਠੂ ਇਹ ਲਖਬੀਰ ਸਿੰਘ ਦਾ ਪੁੱਤਰ ਇਹ ਭਰਥ ਪਿੰਡ ਦਾ ਮਿੱਠੂ ਇਹ ਵੀਰਪਾਲ ਖਿਜਾਲੇ ਵਾਲਾ ਜੱਫਾ ਭਰ ਗਿਆ ਅਗਲੀ ਕਬੱਡੀ ਇਹ ਨੌਜਵਾਨ ਬਲਜੀਤ ਚੌੜੇ ਪਿੰਡਾਂ ਗੱਭਰੂ ਦਾ ਇਹ ਰੇਡ ਪਾਉਂਦਾ ਬਲਜੀਤ ਚੌੜਿਆਂ ਵਾਲਾ ਖੇਡਦਾ ਕਬੱਡੀ ਬੰਦਾ ਜਿਹੜਾ ਹੋਵੇ ਤਗੜਾ ਮਾੜਾ ਬੰਦਾ ਇਸ ਕੰਮੋਂ ਥਰ ਥਰ ਡਰਦਾ ਸੰਤੋਖ ਸਿੰਘ ਜੀ ਲੱਡੇ ਦੇ ਮੱਥ ਦੀ ਲੱਡੇ ਦਾ ਮਾਨ ਸਨਮਾਨ ਕਰਦੇ ਆ ਉੱਥੇ ਪੰਜਾਬੀ ਮਾਂ ਬੋਲੀ ਦਾ ਮਾਨ ਸਨਮਾਨ ਸਰਪੰਚ ਸਿਕੰਦਰ ਸਿੰਘ ਜੀ ਗੁਰਨਾਮ ਸਿੰਘ ਜੀ ਸਰਪੰਚ ਸੱਥਣ ਸਿੰਘ ਫੌਜੀ ਹੀਰਾ ਸਿੰਘ ਜੀ ਸੈਕਟਰੀ ਫਿਰ ਮੰਗਤ ਸਿੰਘ ਤੇ ਕਸ਼ਮੀਰ ਸਿੰਘ ਉਹਨਾਂ ਦੇ ਵੱਲੋਂ ਪੰਜਾਬੀ ਮਾਂ ਬੋਲੀ ਦਾ ਮਾਨ ਸਨਮਾਨ ਇਹ ਲੱਡੇ ਦਾ ਮਾਨ ਸਨਮਾਨ ਅਗਲੀ ਕਬੱਡੀ ਇਸ ਜੱਗਾ ਉਤੋ ਨੰਗਲ ਪਿੰਡ ਵਾਲਾ ਜੱਗਾ ਮਹਿਤੇ ਦੇ ਕੋਲ ਉਤੋ ਨੰਗਲ ਪਿੰਡ ਹੈ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਅੰਮਾ ਸੰਧਵਾ ਪਿੰਡ ਹੈ ਗੱਭਰੂ ਦਾ ਤਗੜਾ ਸਰੀਰ ਹੈ ਰੇਡ ਪਾਉਂਦਾ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ ਪੋਲੇ ਪੋਲੇ ਕਦਮ ਪੱਟਦਾ ਜਾਫੀਆਂ ਦੀ ਕਤਾਰ ਇਹ ਕੁਲਦੀਪ ਸ਼ਿਕਾਰ ਮੱਛੀਆਂ ਵਾਲੇ ਦੇ ਨਾਲ ਹੋਇਆ ਦੋ ਹੱਥ ਨੌਜਵਾਨ ਬਾਉਂਡਰੀ ਲਾਈਨ ਤੋਂ ਆਊਟ ਕਰਨ ਦੇ ਵਿੱਚ ਗੱਭਰੂ ਕਾਮਯਾਬ ਨੰਬਰ ਜਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਹੈ ਲਾਭ ਭਾਮ ਪਿੰਡ ਵਾਲਾ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਜਿੱਥੇ ਸਰਪੰਚ ਰਿੰਕੂ ਪੱਟੀਵਾਲ ਸਾਡੀ ਆਵਾਜ਼ ਨੂੰ ਸੁਣਦਾ
बाबा नामदेव स्पोर्ट क्लब घुमाण की टीम लैके ग्राउंड सपोर्ट कर जाए जिथे गेंदी भक्त वाला साड़ी आवाज न सुनद नानक सर कबड्डी क्लब कर दिया गुरदासपुर की टीम लै करके ग्राउंड सपोर्ट कर जाए ये लाभ भाम पिंड वाला वीरपाल खजाले बड़ा जफा नहीं भर सकया है। अगली कबड्डी नौजवान पाउण दे लई तैयार ब तैयार ये लड्डा पलपुरिया पिंड वाला लड्डा रेड पाउंदा है याफिया दे पिछों किहड़े नौजवान दे नाल दो हथ होणगे पोले पोले कदम ये लड्डा नौजवान शरीर नूं फुलारदा है लिशकदा होया शरीर क्योंकि इहो जिहे शरीर बिरलिया नूं मिलदे है जिन्हां नूं मिल जांदे है ਉਹ ਮੇਰੇ ਵੀਰੋ ਜੇ ਤੇ ਸਿੱਧੇ ਰਾਹੇ ਪਾ ਲੈਣ ਜੋ ਕਾਮਯਾਬ ਜੇ ਪੁੱਠੇ ਰਾਹੇ ਪਾਏ ਤੋ ਗਏ ਤਾੜੀ ਵੱਜੀ ਹੈ ਕਿਉਂਕਿ ਪੰਜਾਬ ਦੀ ਧਰਤੀ ਤੇ ਤਾੜੀਆਂ ਵੱਜਦੀਆਂ ਸ਼ਹੀਦਾਂ ਦੇ ਨਾਂ ਤੇ ਜਕਾਰੇ ਵੱਜਦੇ ਹੈ ਇਹ ਖਿਡਾਰੀਆਂ ਦੇ ਨਾਂ ਤੇ ਤਾੜੀਆਂ ਵੱਜਦੀਆਂ ਪੰਜਾਬ ਇਹ ਪੰਜਾਬ ਦੀ ਧਰਤੀ ਜਿੱਥੇ ਸ਼ਹੀਦਾਂ ਦੇ ਨਾਂ ਤੇ ਜਕਾਰੇ ਵੱਜਦੇ ਆ ਪੰਜਾਬ ਦੀ ਧਰਤੀ ਤੇ ਮੇਲਿਆਂ ਟਕਾਉਣ ਤਾਂ ਪਹਾੜੀਆਂ ਸਦਾ ਹੀ ਲੱਗਦੀਆਂ ਰਹਿਣਗੀਆਂ ਸ਼ਹੀਦਾਂ ਦੇ ਨਾਂ ਤੇ ਜਕਾਰੇ ਖਿਡਾਰੀਆਂ ਦੇ ਨਾਂ ਤੇ ਤਾੜੀਆਂ ਸਦਾ ਹੀ ਵੱਜਦੀਆਂ ਰਹਿਣਗੀਆਂ ਕਿਸੇ ਵੀ ਦੇ ਕੋਲ ਬੁਲਟ ਮੋਟਰਸਾਈਕਲ ਤੇ ਗਰਾਊਂਡ ਦੇ ਵਿੱਚ ਲੈ ਕੇ ਆ ਜਾਏ ਸੋ ਹੱਥ ਸਮਾਂ ਚੱਲ ਦੇ ਮੈਦਾ ਹੋ ਗਿਆ ਬਾਬਾ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਜਿੰਦੀ ਭਰਤ ਜਿੱਥੇ ਸਾਡੀ ਆਵਾਜ਼ ਨੂੰ ਸੁਣਦਾ ਹੈ टीम लैके ग्राउंड जल्दी चो जल्दी रिपोर्ट कर जाए बाबा नामदेव स्पोर्ट क्लब घुमाण जिथे रिंकू सरपंच भट्टी वाली आवाज न सुनद टीम लै करके ग्राउंड रिपोर्ट कर जाए ਮੈਦਾਨ जोर वाली गल करेगा क्योंकि वेट लिफ्टिंग की दुनिया के सुखजिंदरजीत सिंह सुखजिंदर काले का भी बड़ा घाटा पिया है। वेट लिफ्टिंग की दुनिया के सोग की लहर बन गई है मेरे वीरो सुखजिंदर काले का बड़ा घाटा इस दुनिया नूं पै गया है। सुन पिप्पल दे पत्तियां वे टुटे कां टाण ना जुड़दे ने रुथे तो मोड़े आते मोड़े ना मुड़ते ने सो असी सुखजिंदर काले नूं शरदा दे फुल भेट करांगे। यरक तो पहला पहली यरक दे लई टूटा भरथ शरीर नूं सिर्फ लट चुक करके हां जी 25 किलो दी लट दे नाल शरीर नूं वार्म अप करेगा टूटा भरथ चलते हुए मैच दे विच संधवां दे जिहड़े अंक है साढ़े पांच अंक संधवां दे होए आ ते भरत दी टीम दे 15 अंक होए आ सो टूटा भरत प्रसिद्ध वेट लिफ्टर है पंजाब पुलिस दे विच नौकरी भी लै लई है सिख नैशनल कॉलेज कादियां दे लई ये लंबे समय तो नौजवान कॉम्पीटिशन लड़ता आया है सो टूटा दूसरा नौजवान छब्बा भरत छोटे भार दे विच इस पिंड दा माण है आने वाले समय का तहान छब्बा भरत वाला शरीर नूं बॉडी नूं लट दे नाल वार्म अप कर रहा है छब्बा भरत बेनती है के हीरा सिंह जी दे नाल ग्राउंड तो बाहर होकर के संपर्क कर ग्राउंड तो बाहर होकर के समुचे पहलवानों बेनती है हीरा सिंह जी दे नाल संपर्क कर फिटू पहलवान उतो क्या माड़ा शरीर के नाल
चक्की का अद्धा पुड़ चकेगा पहलवान उदो के माला चक्की के पुड़ चक रहा है बाकी जेड़े पहुंचे उन्होंने भी मान सम्मान होगा सो सोनी बेनती है के समुचे पहलवाना लै करके ग्राउंड तो बाहर मेरा वीर हो जाए सोनी भरत सोनी बाजवा नाम मशहूर है कलारा है बड़ा प्यार है हाँ बता भी नहीं कोई गंजे हेलो 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 कौन फिर से मेरा वीर हाँ जी रिंकू सरपंच हेलो मूरे तो बहुत खड़े उनकी हाँ जी हाँ जी बिल्कुल छेवीं पातशाही गुरु हरगोबिंद साहब का विखाया होया नगर परथ ते जिहदे विच दो बब्बर शेर जमे है बूटा बी एस एफ दे विच नौकरी करता है और नाल उसनूं वेखदिआं वेखदिआं सरबजीत सिंह सभा उन्हें भी वेट लिफ्टिंग शुरू कर दी ये अंतरराष्ट्रीय खेड ये दोनों वीर ने बहुत वधिया वेट लिफ्टिंग की है 190 किलो भार इन्होंने जोखे अपन बाहों के उपर अज तुहाडे सामने वेट लिफ्टिंग का प्रदर्शन होगा सब तो पहला मैं बूटा वेट लिफ्टर बी एस एफ जरा 2006, 2007, 2008 में ऑल इंडिया इंटर यूनिवर्सिटी का चैंपियन बनया नेशनल चैंपियन बनया और उस तो बाद बी एस एफ ज्वाइन की और बी एस एफ के ऑल इंडिया पुलिस सिल्वर मैडल प्राप्त किया और अज ते सामने एक किना भार भी भार वीर दसो कि 90 किलो भार है भार के उपर बई 90 किलो भार का पहला ये प्रदर्शन होगा बूटे वालों बहुत वधिया अजे शुरुआत ही है 90 किलो भार तो क्लीन एंड शर्ट और बहुत वधिया ढंग के नाल 90 किलो भार जोखिया और वधिया ढंग का प्रदर्शन किया मैं बड़ा धन्यवादी हाँ साढ़े को कमेटी मैंबर सत्कारयोग फौजी साहब आते गुरु जिन्हों के टप्पने चेले जान शराप से छब्बा भी घट ने जवानों उन्हें भी 90 किलो भार के नाल अपने आप को वार्म अप कर लिया क्योंकि जोड़े भार चुकने वाले ने पहला वार्म अप करते हैं ता जो शरीर जोड़ा है वह पूरा गर्म हो जाए तो फिर उस तो बाद अपनी खेड का प्रदर्शन कर हम भार दसो जी कि हो गया 120 किलो भार हुई 90 तो बाद 120 किलो भार मेहरबानी शुक्रिया और नहीं रिश्ता तेरिया बहुत अच्छे भाई बहुत वधिया 120 किलो भार क्लीन एंड जर्क हम अपनी वारी के सरबजीत सिंह सभा बहुत अच्छे 65 किलो बॉडी भार है अपना शरीरक वजन जरा है 65 किलो है 120 किलो क्लीन एंड जर्क की है तुहाडे सामने अपने भार में दूना भार चुकना ये तकनीक की गल है उधर पंजाब की मार्केट कबड्डी का बलपुरी आया बला कबड्डी पौधा बहुत वधिया कखा तो गई लखा तो गई करोड़ा से आ लगा कुलदीप शिकार माशिया वाला बहुत तगड़े जाथे से बहुत तगड़े धावी इधर बूटा तो छब्बा सरबजीत बहुत वधिया वेट लिफ्टिंग का प्रदर्शन मैं बेनती करांगा कमेटी मैंबर साहबान ने कि चार पांच जोड़ा जड़िया ने तो तैयार कर लो चार पांच कुर्सियां कराने के बाद फिर असं तुहानू अंतरराष्ट्रीय जिन्होंने बहुत वे स्टार कबड्डी के जिन्होंने कनेडा अमेरिका इंग्लैंड दुबई
पंजाब की मां खेड कबड्डी खेडी है। ओवर टू बूटा भार के ना किता भाई 130 130 किलो पार बहुत अच्छे क्लीन अंजर दर्शक भीर बेनती है तारिया मार दिया करो 130 किलो तार है ये लोहे दिया प्लेटा ने यह रबड़िया नहीं है जी नहीं ऐसा नहीं मैं कोई आवाज करी जो कमेटी का फैसला होगा वो तो आवाज दिखी जाएगी ऐसा नहीं गल होनी जानो हाँ चल भाई छपे छपा हो गया अच्छा बाज क्लीयर करता छपे लो जी देख लो 65 किलो भार जसदार साहब लो जी ठीक है बूटा वेट लिफ्टर के नाल सरबजीत सिंह छब्बा ये वेट लिफ्टिंग बेल्ट आखते हैं क्योंकि जब 100 किलो तो उत्ते 130 किलो तो उत्ते भार क्योंकि स्पाइनल कोर्ड के उपर रीढ़ की हड्डी के उपर सारा भार पैंदा है जिन्होंने वेट चुकना होंगे उन्होंने जरक ना लग जाए इस करके प्रिकॉशन वास्ते ये वेट लिफ्टिंग बेल्ट बनी जाती है। चलो शेरा क्लीन बिल्कुल लिफ्ट पास हुई है वजन कितना हो 140 किलो भार छपया इन्हें रखना इन्हें रहन दो कोई गल नहीं 140 किलो कर दो भाई लाओ ना 140 रहन दो सरबजीत सिंह छपा वे वे भगवान जमे ने इस नगर ने कबड्डी खिलाड़ी जमे है पहलवान सोहन सिंह पहलवान भजन सिंह पहलवान बख्शीर सिंह जिन्होंने अखाड़िया के धुम मचाई है परस की पल मार दे तारियां जवानों आ छबे ने 140 किलो धारिया बुचियां पुआतियां जो कहते बुचियां पाता रहा नहीं मुंडा मटियार दिया छबे ने बुचियां पुआतियां 140 किलो धार दिया मेला कमेटी सरपंच सरदार चकत्र सिंह जी राह लक्ष्मण सिंह जी फौजी राह गुरनाम सिंह जी सरपंच साहब राह हीरा सिंह जी बाबा बालन सिंह जी हीरा सिंह जी शक्ति साहब राह कश्मीर सिंह सरदार गुरमंगत सिंह जी तसेम सिंह जी मैंबर संतोख सिंह जी हीरा वाला जिन्हों का बहुत बड़ा सहयोग है मैं इन्होंने सारे का बहुत धन्यवाद करना है जिन्होंने बहुत वधिया प्रबंध किए हैं हरियाणा की धरती है माझे की धरती छेवीं पातशाही जेडे आप बहुत वे मल जिन्होंने पेंडे खान अधिकार रुस्तम तैयार किया है अकाल तख्त के सामने खाड़ा कटवा के मल युद्ध करवाए अज मान सामू के आए दिन ये नगर पर्थ बूंद आया अज मेला लगता हर साल और दुनिया पहुंचती है दूर दूर तो मान सामू बहुत सारा प्यार सत्कार है और शहीद मेजर सिंह मेजर हरपाल सिंह की धरती है जिन्होंने फौज के बहुत बहादुरी के नाल इस नगर में मान दिता है लो जी 60 लो जी 40 के बाद 50 आता है पर 50 कटिया गया जो कहना 160 किलो भार कर दो बूटे की वारी से पहली मार दो तारियां जवानों बूटा सिंह तेरे सामने 160 किलो भार अपने डोलिया के उपर मैं पंजाब का मुंडा मैनू डोलिया से मार मैं पंजाब का मुंडा जी ओए बल्ले शेरा ने रिश्वत दे रही है मारो तारियां घट वजिया जवानों जोरदार तारियां मारो 160 किलो भार बूटा वेट लिफ्टर BSF जिन्हें ऑल इंडिया नेशनल गोल्ड ऑल इंडिया इंटरनेशनल गोल्ड ऑल इंडिया पुलिस के गोल्ड और नेशनल गोल्ड 160 किलो भार है आगे जो आना छबे की प्रोग्राम तेरा छबे 160 ला लिए लानी 160 कहना मैं भी लावा उन्हें उन्होंने गल कर लेंगे लोड़ी तो उन्हें आहो ला भाई आ भी इतने छपया छपया कर ला भी बेल्ट कस ला
तो धरता ने निगाह रख लो हम कबड्डी के नाल नाल एक इतिहास रचा जा रहा जो ये 65 किलो भार हो गए अपनी बॉडी का 160 किलो भार अपने दौड़िया से तोड़ना क्यों बुजुर्गो यह है कमाल की गल ते सामने आ गया जी छोटा ये 50 है 50 कर दियो बल्ले है आराम नहीं लै गया जीओ पुत्रा जीओ जूदर है धनिया मां जो तेन जमिया दुकाना छबिया नहीं हिस्सा तेरिया 150 किलो सी भाई सठ नहीं सठ बुटे चुके तो छबे ने 150 किलो पार क्लीन एंड जर्क के नाल तुहाडे सामने लादू बुटे हुण किन्ना पार सारिया प्लेटा पा दो सानू सारिया ही पा दे बुटा कहिंदा कोई गल नहीं सारिया पा दो किन्ना हो गया जी ला जी फौजी साहब 1 क्विंटल 70 किलो भार पै गया जी बूटे का साढ़े बहुत ही सत्कारयोग जिन्हों बारे फौजी साहब ने दसिया ला जी 170 किलो भार पहला चांस है देखो हम थोड़े सामने की बनता जवानों बहुत माण है सानू वेट लिफ्टिंग लिफ्ट मार दी वह भी लेकिन ये साडे पंजाबी वीर जिन्होंने हालात के मुताबिक तुहाडे सामने क्योंकि तो बेस्ट परफॉर्मेंस है 1 क्विंटल 90 किलो लेकिन अज उन्हें बेस्ट परफॉर्मेंस दी है 1 क्विंटल 70 किलो छबे तो छबे आ गए हम 1 तो 50 दे लो जी ये समाप्त होया और बुटासे बहुत सारिया बधाई छबे में बहुत सारिया बधाई ताड़िया मार दो भी दोनों दोनों वास्ते भरपूर ताड़िया के नाल और साढ़े को बहुत ही प्यार साढ़े भाई साहब सत्कारयोग अंतरराष्ट्रीय शख्सियत जोगिंदर सिंह जी जैन साहब साढ़े अंतरराष्ट्रीय कीर्तन जिन्होंने हिंदुस्तान के आके बहुत वधिया कीर्तन के नाल दुनिया ने की है तो भी मेले के पहुंचे हैं उन्होंने भी इतने पहुंचने पर बहुत सारा स्वागत क्योंकि इस नगर में माण है उधर पहलवानी शुरू हो गई है इधर चुंडे वाला बहुत वधिया पहलवान लाल जांगी के गुरमुख सिंह जी व्यार माण है सानू बाहर बैठे वीर का जिन्होंने हजारा रुपये भेजे हैं इस टूर्नामेंट को इस इतिहासक कबड्डी पहलवानी वेट लिफ्टिंग टूर्नामेंट वास्ते जिन्हों मैं बहुत धन्यवादी हाँ सरदार जगरीत सिंह जी कनेडा वाले जिन्होंने 51,000 रुपये का योगदान पाया है अस उन्होंने बहुत धन्यवादी हाँ जतेंद्र सिंह जी इटली वाले बूटे वास्ते उन्होंने 1,000 रुपये का मान भेजे है बूटे कितने बूटा बूटे इटली वाले 1,000 रुपये का मान तेरी इस परफॉर्मेंस उपर खुश होकर तेरे लिए भेजते हैं बिना प्रवासी भाई मैं गेंदी धरती कहूंगा जथेदार साहब कहते हैं भी हम टीमें लैके आ जाओ मैदान के पहला अंतरराष्ट्रीय मुकाबला तुहाडे सामने होगा बहुत वड्डियां टीम हाँ जी भाजी मेहरबानी जी हाँ जी हुक्म
ਵੇਟਰ ਨੇ ਹੁਣੇ ਚੁੱਕਿਆ ਜੀ ਇੱਕ ਕਿਲੋ ਕੁਇੰਟਲ 70 ਰੁਪਏ ਦਾ ਭਾਰ। ਇੱਕ ਛੱਬਾ ਵੀ ਆ ਉਹਨੇ ਵੀ ਚੁੱਕਿਆ ਜੀ, ਦੋ ਨੇ ਮੁੰਡੇ। ਹਾਂਜੀ ਗੁਰਮੁਖ ਸਿੰਘ ਬਾਹਰ ਬੈਠਾ ਜੀ, ਫੌਜੀ ਸਾਹਿਬ ਗੁਰਮੁਖ ਸਿੰਘ ਬਾਹਰ ਬੈਠਾ ਹੈ। ਉਹ ਕਹਿੰਦੇ ਮੇਰੇ ਨਗਰ ਦੇ ਦੋ ਪਹਿਲਵਾਨਾਂ ਨੇ ਵੇਟ ਲਿਫਟਿੰਗ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ। ਬੂਟੇ ਵਾਸਤੇ ਕਹਿੰਦਾ 11,000 ਰੁਪਇਆ ਅਨਾਊਂਸ ਕਰ ਦਿਓ ਤੇ 2,000 ਰੁਪਇਆ ਮੈਂ ਕਿਹਾ ਛੱਬੇ ਵਾਸਤੇ। ਛੱਬਾ ਕਿੱਥੇ ਹੈ ਬਈ? 2,000 ਛੱਬੇ ਵਾਸਤੇ, 11,000 ਰੁਪਇਆ ਬੂਟੇ ਵੇਟ ਲਿਫਟਿੰਗ ਵਾਸਤੇ। ਉਹ ਟੀਮਾਂ ਮੈਦਾਨ 'ਚ ਆ ਗਈਆਂ ਜੀ, ਨਾ ਪੁੱਛੋ। ਔਰ ਸਾਹਮਣੇ ਆ ਗਿਆ ਜੀ ਜੱਥਾ ਤਮੇਲੀ ਵਾਲਾ। 5 ਮਿੰਟਾਂ ਸਮਾਂ ਦੀ ਪਹਿਲਵਾਨੀ ਵਾਸਤੇ। ਹਾਂਜੀ ਭਾਜੀ, ਕਾਲਜ ਠੀਕ ਹੈ, ਕਾਲਜ ਦੇ ਵਿੱਚ ਕਰਾਇਆ ਸੀ। ਹਾਂਜੀ 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 ਹਾਂਜੀ, ਯਾਦ ਆ ਗਿਆ ਜੀ ਮੈਨੂੰ। ਬੂ ਉੱਥੇ ਲੈ ਚੱਲ ਗਿਆ ਪਾਉਣ, ਹੈ ਨਾ, ਲਾਈਟ ਘੱਟ ਗਈ ਹੁਣ ਇੱਧਰੋਂ। ਹਾਂ ਉੱਥੇ ਹਾਂ, ਮੈਚ ਖਤਮ ਹੋ ਗਿਆ ਲੈ ਚੱਲਣਾ, ਮੈਚ ਘੋਲ ਵਿੱਚ ਹੀ ਆਈ ਜਾਂਦੇ ਆ। ਮੈਚ ਕਿਵੇਂ ਲੱਗੇ ਪਏ, ਕੜੇ ਵਾਲੇ ਵਿਖਾਏ ਹੋਏ। ਬੱਬੂ ਆਏ ਹਾਲ ਚੱਲ ਗਏ ਘੱਟ ਗਈ ਲਾਈਟ ਬਹੁਤ, ਹੁਣ ਤਾਂ ਉੱਥੋਂ ਹੀ ਸਹੀ ਰਹਿਣਾ ਵਾ, ਨਹੀਂ ਸਹੀ ਨਹੀਂ ਰਹਿਣਾ ਉਹਨਾਂ ਨੂੰ ਇੱਧਰ ਭੇਜ ਦਾਂਗੇ ਸਾਰਿਆਂ ਨੂੰ। ਉੱਥੇ ਆਉਣ ਉਹਨਾਂ ਨੇ ਆਉਣਾ, ਮਿਹਰਬਾਨੀ ਜੀ, ਹੋਰ ਨਾ ਆਉਣ ਨਾ। 11,000 ਰੁਪਇਆ। ਹਾਂਜੀ ਹਾਂਜੀ ਦੱਸੋ। ਉੱਥੋਂ ਸਹੀ ਨਹੀਂ ਆਉਂਦੀ ਯਾਰ ਰਿਕਾਰਡ। ਸੈਂਟਰ ਲਾਈਨ 'ਤੇ ਲੱਗਣਾ ਵੀਰ, ਪਿੱਛੇ ਦੇਖ ਲਈ ਕੋਈ ਨਾ। ਬੱਬੂ ਆਏ ਲੌਂਚ ਕਰਾ ਦੇ ਇਹਨਾਂ ਨੂੰ ਪੜ੍ਹ ਲੈ ਬੰਦੇ। ਕੁਰਸੀਆਂ ਹੁਣ ਹੋ ਗਈਆਂ, 5 ਮਿੰਟ ਸਮਾਂ ਦਰਦ ਹੋ ਗਈ ਨਹੀਂ ਕੁਰਸੀ, ਬਸ ਠੀਕ ਹੈ। ਹੈ ਮੈਂ ਨਹੀਂ ਲਿਖੀਆਂ ਕੁਰਸੀਆਂ, ਮੈਂ ਕਿਸੇ ਵੀ ਕੁਰਸੀ ਨਹੀਂ ਲਿਖਣੀ, ਤੁਸੀਂ ਉੱਥੇ ਜਾਣਾ ਤਾਂ ਤੁਹਾਡਾ ਮਾਨ ਤਾਨ ਹੋ ਜਾਣਾ। ਮੈਂ ਟੀਮ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਆ। ਸਾਡੇ ਗੁਰਮੁਖ ਸਿੰਘ
ਵੀਰ ਇਕੱਠੇ ਬੈਠ ਕੇ ਇੱਥੇ ਆਪਣੇ ਨਗਰ ਪੱਖ ਦਾ ਟੂਰਨਾਮੈਂਟ ਦਾ ਨਜ਼ਾਰਾ ਲੈ ਰਹੇ ਹਾਂ ਕਿਉਂਕਿ ਇੱਥੇ ਹੁਣ ਸਮਾਂ ਹੋ ਗਿਆ ਰਾਤ ਦਾ ਔਰ ਤੁਸੀਂ ਇੱਥੇ ਟੂਰਨੀਆਂ ਰੌਣਕਾਂ ਲਾਈਆਂ ਨੇ ਤੁਹਾਨੂੰ ਨਗਰ ਗਰਾਊਂਡ ਤੇ ਬਹੁਤ ਸਾਰਾ ਸਵਾਗਤ ਬਹੁਤ ਸਾਰਾ ਮਾਣ ਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਪਹਿਲਵਾਨਾਂ ਦਾ ਜਿਹੜਾ ਪ੍ਰੋਗਰਾਮ ਹੈ ਹਾਂਜੀ
महावीर।